ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਧਾਕ੍ਰਿਸ਼ਨਨ ਦੇ ਹਰ ਸਾਲ 5 ਸਤੰਬਰ ਨੂੰ ਮਨਾਏ ਜਾਣ ਵਾਲੇ ਜਨਮ ਦਿਵਸ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਦੇਸ਼ ਦੇ ਉੱਘੇ ਅਧਿਆਪਕਾਂ ਨੂੰ ਵਿਦਿਆ ਦੇ ਖੇਤਰ ਦੇ ਵਿੱਚ ਪਾਈ ਗਈ ਵਧੀਆ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ ਰਾਸ਼ਟਰਪਤੀ ਵੱਲੋਂ ਇਸ ਦਿਨ ਸਨਮਾਨਿਤ ਕੀਤੇ ਜਾਣ ਵਾਲੇ ਦੇਸ਼ ਭਰ ਤੋਂ ਚੁਣੇ ਗਏ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੋਸ਼ਾਲਾ ਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਇਸ ਵਾਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਅਧਿਆਪਕ ਰਾਜੇਂਦਰ ਕੁਮਾਰ ਨੂੰ ਇਸ ਕੌਮੀ ਅਵਾਰਡ ਦੇ ਲਈ ਚੁਣਿਆ ਗਿਆ ਹੈ ਉਹ ਪੰਜਾਬ ਦੇ ਕੋਲਤਿਆ ਅਧਿਆਪਕ ਨੇ ਜਿਨ੍ਹਾਂ ਨੂੰ ਨਾਦੀਆਂ ਅੰ ਵਿਲਕਨ ਸੇਵਾਵੰਦ ਲਈ ਐਸ ਅਵਾਰਡ ਵਾਸਤੇ ਚੁਣਿਆ ਗਿਆ ਜ਼ਿਲ੍ਹੇ ਦੇ ਵੜਾਪਾਇਕੇ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਰਿਹਾ ਰਜਿੰਦਰ ਕੁਮਾਰ ਨੇ ਪ੍ਰਾਇਮਰੀ ਸ਼੍ਰੇਣੀ ਦੇ ਬੱਚਿਆਂ ਦੀ ਪੜ੍ਹਾਈ ਨੂੰ ਰੋਚਕ ਬਣਾਉਣ ਲਈ ਸਕੂਲ ਦੇ ਵਿੱਚ ਅਜਿਹੇ ਪ੍ਰੋਜੈਕਟ ਸ਼ੁਰੂ ਕੀਤੇ ਜਿਨ੍ਹਾਂ ਨਾਲ ਸਕੂਲ ਦੇ ਵਿੱਚ ਆਉਣ ਵਾਲੇ ਬੱਚਿਆਂ ਦੀ ਕਦੇ ਵੀ ਸਕੂਲ ਆਉਣ ਤੋਂ ਇਨਕਾਰ ਨਹੀਂ ਕੀਤਾ ਉਹਨਾਂ ਪਿੰਡ ਦੇ ਹੁਨਰਮੰਦ ਲੋਕਾਂ ਅਤੇ ਵਲੰਟੀਅਰਸ ਦੀ ਇੱਕ ਟੀਮ ਬਣਾਈ ਅਤੇ ਵਰਦੀਆਂ ਸਵੇਰ ਦੀ ਅਸੈਂਬਲੀ ਦੌਰਾਨ ਯੋਗਾ ਕਲਾਸਾਂ ਜਮਾਤਾਂ ਅਤੇ ਗ੍ਰੀਨ ਬੋਰਡ ਪ੍ਰਿੰਟਰ ਬੱਚਿਆਂ ਦੇ ਅਡਜਸਟਡ ਕੀਤੇ ਜਾਣ ਵਾਲੇ ਸਟੈਂਡ ਜਮਾਤਾਂ ਦੇ ਵਿੱਚ ਕੰਨ ਸ਼ੈਲਫਾਂ ਬਣਾਉਣ ਦੇ ਨਾਲ-ਨਾਲ ਬੈਂਚਾਂ ਦੀ ਬੈਂਤਰ ਇਸ ਟੰਗ ਦੇ ਨਾਲ ਕਰਵਾਈ ਗਈ ਕਿ ਬੱਚੇ ਸਹੀ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਕਰ ਸਕਣ। ਰਜਿੰਦਰ ਕੁਮਾਰ ਦੇ ਇਸ ਪ੍ਰੋਜੈਕਟ ਨੇ ਬੱਚਿਆਂ ਦੀ ਪੜ੍ਹਾਈ ਨੂੰ ਇੰਨਾ ਰੋਚਕ ਬਣਾ ਦਿੱਤਾ ਕਿ ਵਿਦਿਆਰਥੀ ਸਕੂਲ ਦੇ ਵਿੱਚ ਆਉਣ ਤੋਂ ਕਦੇ ਵੀ ਨਹੀਂ ਰੁਕੇ। ਰਜਿੰਦਰ ਕੁਮਾਰ ਨੇ ਕੌਮੀ ਅਧਿਆਪਕ ਅਵਾਰਡ ਦੇ ਲਈ ਚੁਣੇ ਜਾਣ ਤੇ ਸਾਰੇ ਪਿੰਡ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਸਕੂਲ ਦੇ ਵਿੱਚ ਸ਼ੁਰੂ ਕੀਤੇ ਗਏ ਛੋਟੇ ਬੱਚਿਆਂ ਦੇ ਲਈ ਪ੍ਰੋਜੈਕਟ ਬਾਰੇ ਚਾਨਣਾ ਪਾਇਆ। ਇਸ ਸਨਮਾਨ ਬਾਰੇ ਕਦੇ ਸੋਚਿਆ ਨਹੀਂ ਸੀ ਪਰਮਾਤਮਾ ਨੇ ਜੋ ਡਿਊਟੀ ਲਈ ਕੋਸ਼ਿਸ਼ ਕੀਤੀ ਕਿ ਉਸ ਨੂੰ ਅਸੀਂ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਸਕੀਏ ਫਿਰ ਵੀ ਇਸ ਅਕਨੋਲਜਮੈਂਟ ਵਾਸਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਨੈਸ਼ਨਲ ਅਵਾਰਡ ਵਾਸਤੇ ਮੇਰੀ ਚੋਣ ਹੋਈ ਹੈ